ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਦੇਸ਼ ਭਰ ਵਿੱਚ ਮਨਾਏ ਜਾ ਰਹੇ ਕਾਲੇ ਦਿਵਸ ਦੇ ਤੌਰ 'ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਭਗਤ ਸਿੰਘ ਚੌਂਕ ਪਾਤੜਾਂ ਵਿੱਚ ਦਿੱਲੀ ਸੰਗਰੂਰ ਚੌਂਕ 'ਤੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ ਅਤੇ ਜੰਮ ਕੇ ਕੀਤੀ ਨਾਅਰੇਬਾਜ਼ੀ। ਪਿਛਲੇ ਲੰਮੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਆਪਣੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਬਾਰਡਰਾਂ 'ਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੌਰਾਨ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਲਾਈਆਂ ਰੋਕਾਂ ਅਤੇ ਕੀਤੇ ਜਾ ਰਹੇ ਅੱਤਿਆਚਾਰ ਦੌਰਾਨ ਇੱਕ 21 ਸਾਲਾ ਨੌਜਵਾਨ ਦੀ ਹੋਈ ਮੌਤ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤਹਿਤ ਅੱਜ 23 ਫਰਵਰੀ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12:30 ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਅੱਜ ਦਾ ਜੋ ਪੁਤਲੇ ਫੂਕਣ ਦਾ ਪ੍ਰੋਗਰਾਮ ਜੀ, ਪੁਤਲੇ ਅਸੀਂ ਪ੍ਰਧਾਨ ਮੰਤਰੀ ਦੇ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹਰਿਆਣੇ ਦੇ ਜਿਹੜਾ ਮੁੱਖ ਮੰਤਰੀ ਖੱਟੜ ਆ, ਇਹ ਤਿੰਨਾਂ ਦੇ ਪੁਤਲੇ ਅਸੀਂ ਰੋਸ ਵਜੋਂ ਫੂਕੇ ਸੰਯੁਕਤ ਮੋਰਚੇ ਦੇ ਸੱਦੇ 'ਤੇ, ਅਤੇ ਇਹ ਅੱਜ ਪੂਰੇ ਭਾਰਤ ਵਿੱਚ ਫੂਕੇ ਜਾ ਰਹੇ ਨੇ। ਇਹ ਜੋ ਆਪਣਾ 21 ਤਰੀਕ ਨੂੰ ਪਰਸੋਂ ਜਿਹੜਾ ਵਾ ਖਨੌਰੀ ਬਾਰਡਰ 'ਤੇ ਬਿਲਕੁਲ ਨਜਾਇਜ਼ ਜਿਹੜਾ ਵਾ ਕਿਸਾਨ ਸ਼ਹੀਦ ਕੀਤਾ ਵਾ ਸ਼ੁਭਕਰਨ, ਨਾਲ ਜਿਹੜੇ ਮੁੰਡੇ ਫੱਟੜ ਕੀਤੇ ਆ, ਗੱਡੀਆਂ ਵੱਡੇ ਪੱਧਰ 'ਤੇ ਉਹਨਾਂ ਭੰਨੀਆਂ ਨੇ, ਇਹ ਜਿਹੜੀ ਦਰਿੰਦਗੀ ਕੀਤੀ ਆ ਉਹਨਾਂ ਨੇ, ਉਹਦੇ ਖਿਲਾਫ਼ ਇਹ ਜਿਹੜਾ ਸਾਡੀ ਸ਼ੁਰੂਆਤ ਆ। ਅੱਜ ਅਸੀਂ ਫੌਰੀ ਜਿਹੜਾ ਵਾ ਸੰਯੁਕਤ ਮੋਰਚੇ ਦੇ ਸੱਦੇ ਤੋਂ ਬਾਅਦ ਕੱਲ੍ਹ ਸ਼ਾਮੀ ਮੀਟਿੰਗ ਹੋਈ ਆ, ਕੱਲ੍ਹ ਫੈਸਲਾ ਲਿਆ, ਅੱਜ ਅਸੀਂ ਉਹਦੇ ਰੋਸ ਵਜੋਂ ਅੱਜ ਪੁਤਲੇ ਫੂਕ ਰਹੇ। ਸਮਰਥਨ ਕੋਈ ਤੁਹਾਡਾ ਜਿਹੜੇ ਧਰਨਾਕਾਰੀ ਬੈਠੇ ਆ ਉੱਥੇ, ਉਹਨਾਂ ਨਾਲ ਤੁਹਾਡਾ ਸਮਰਥਨ ਹੈ? ਉਹਨਾਂ ਨਾਲ ਜੀ, ਉਹਨਾਂ ਨਾਲ ਜੋ ਵੀ ਆ ਜਿਹੜੀ ਜਾਇਜ਼ਤੀ ਉਹਨਾਂ, ਵੈਸੇ ਵੀ ਅਸੀਂ ਉੱਦਣ ਦੇ ਤਾਲਮੇਲ ਵਿੱਚ ਜਿਹੜੇ ਸੰਘਰਸ਼ ਅਸੀਂ ਬੈਠੇ ਨੀਗੇ, ਤਾਲਮੇਲ ਵਿੱਚ ਸੰਘਰਸ਼ ਉਹਨਾਂ ਦੇ ਨਾਲ ਅਸੀਂ ਕਰ ਰਹੇ ਹਾਂ ਤਾਂ ਕਿ ਉਹਨੂੰ ਬਲ ਮਿਲੇ ਉਹਨਾਂ ਦੀ ਤਾਕਤ ਨੂੰ। ਅਗਲਾ ਅਸੀਂ 6 ਮੈਂਬਰੀ ਜਿਹੜੀ ਆ ਸੰਯੁਕਤ ਮੋਰਚੇ ਵੱਲੋਂ ਕਮੇਟੀ ਜਿਹੜੀ ਫੌਰੀ ਜਿਹੜੀ ਉਹਨਾਂ ਨਾਲ ਗੱਲਬਾਤ ਸ਼ੁਰੂ ਕਰੂਗੀ, ਅਤੇ ਤਾਂ ਕਿ ਜਿਹੜਾ ਅਗਲੇ ਜਿਹੜੇ ਪ੍ਰੋਗਰਾਮ ਆ ਅਗਲੇ ਸਾਂਝੇ ਜਿਹੜੇ ਲੀ ਕੇ ਇਹ ਤਾਕਤ ਇਕੱਠੀ ਕੀਤੀ ਜਾਵੇ। ਨਾਮ ਰਵਿੰਦਰ ਸਿੰਘ ਦੱਦਣਾ ਜੀ, ਜ਼ਿਲ੍ਹਾ ਪ੍ਰੈਸ ਸਕੱਤਰ ਕਿਰਤੀ ਕਿਸਾਨ ਯੂਨੀਅਨ ਤੋਂ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜੋ ਮੋਦੀ ਸ਼ਾਹ ਅਤੇ ਖੱਟੜ ਦਾ ਪੁਤਲਾ ਫੂਕਿਆ ਜਾ ਰਿਹਾ ਭਾਰਤ ਦੇ ਵਿੱਚ, ਕੱਲ੍ਹ ਜੋ ਜਨਰਲ ਬੋਡੀ ਦੀ ਮੀਟਿੰਗ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਦੀ, ਉਸ ਵਿੱਚ ਤੈਅ ਹੋਇਆ ਕਿ ਜੋ ਕਿਸਾਨਾਂ ਉੱਪਰ ਤਸ਼ੱਦਦ ਢਾਇਆ ਗਿਆ, ਜੋ ਕੇਂਦਰ ਅਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਉੱਪਰ ਸਿੱਧੀਆਂ ਗੋਲੀਆਂ ਚਲਾ ਕੇ ਇਹ ਤਸ਼ੱਦਦ ਢਾਇਆ ਜਾ ਰਿਹਾ, ਕਾਤਲ ਸਰਕਾਰ ਬਣੀ ਆ, ਉਸ ਖਿਲਾਫ਼ ਅਜੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਅਤੇ ਆਉਣ ਵਾਲੀ 26 ਤਰੀਕ ਨੂੰ ਅਸੀਂ, ਅਤੇ ਜੋ WTO ਤੋਂ ਬਾਹਰ ਆਉਣ ਵਾਸਤੇ ਜਿਹੜਾ ਇਹ ਮੰਗ ਪੱਤਰ ਜਿਹੜਾ ਸਾਡਾ ਹੈਗਾ ਕਿਸਾਨਾਂ ਵੱਲੋਂ, ਅਤੇ ਉਹ 'ਤੇ ਅਸੀਂ ਟਰੈਕਟਰ ਮਾਰਚ ਕਰਨਾ ਹੈਗਾ ਅਤੇ ਪੁਤਲੇ ਫੂਕਣੇ ਹੈਗੇ ਆ, ਅਤੇ 14 ਮਾਰਚ ਨੂੰ ਸਾਡਾ ਸੱਦਾ ਹੈਗਾ ਕਿ ਅਸੀਂ ਦਿੱਲੀ ਵਿੱਚ ਜਾ ਕੇ ਕਿਸਾਨਾਂ ਦੀ ਮਹਾਂਪੰਚਾਇਤ ਕਰਨੀ ਹੈਗੀ ਆ, ਇਹ ਸੰਯੁਕਤ ਮੋਰਚੇ ਸੱਦੇ ਆ ਅਤੇ ਉਹਨਾਂ ਨੂੰ ਲਾਗੂ ਕਰਨ ਵਾਸਤੇ ਅਸੀਂ ਪੁਤਲਾ। ਜੋ ਮੋਦੀ ਸਰਕਾਰ ਨੇ ਜਾਂ ਖੱਟਰ ਸਰਕਾਰ ਨੇ ਬਹੁਤ ਮਾੜਾ ਕੀਤਾ, ਉੱਥੇ ਕਿਸਾਨ ਮਾਰੇ ਨੇ ਅਤੇ ਕਿਸਾਨਾਂ ਨੂੰ ਬੋਰੀਆਂ 'ਚ ਪਾ ਕੇ ਚੱਕ ਭੇਜ ਵੀ ਲੈ ਗਏ ਨੇ, ਅਤੇ 307 ਦੇ ਪਰਚੇ ਦਰਜ ਵੀ ਕੀਤੇ ਨੇ, ਇਹ ਬਹੁਤ ਨਿੰਦਣ ਘਟਨਾ ਯੋਗ ਹੈ। ਅਤੇ ਬਾਕੀ ਜਿਹੜੇ ਕਿਸਾਨ ਨੇ ਅਮਨ ਪੂਰਵਕ ਜਾ ਰਹੇ ਸੀ, ਸੜਕ ਰੋਕਣ ਦਾ ਕਿਸੇ ਨੂੰ ਹੱਕ ਨਹੀਂ ਹੈ, ਅਸੀਂ ਇੱਕ ਸੜਕ ਰੋਕ ਲਈਏ ਸਾਡੇ ਦੇ ਪਰਚੇ ਦਰਜ ਹੋ ਜਾਂਦੇ ਨੇ, ਪਰ ਉਹਨਾਂ ਦੇ ਪਰਚੇ ਦਰਜ ਕਿਉਂ? ਉਹਦੇ ਕਿੱਲ ਗੱਡੇ ਨੇ, ਪੱਥਰ ਰੱਖੇ ਨੇ, ਗੋਲੀਆਂ ਮਾਰ ਰਹੇ ਨੇ, ਸਾਡੇ ਦੇਖੋ ਸਾਡੇ ਘਰ ਦੇ ਵਿੱਚ ਆ ਕੇ ਸਾਡੇ ਬੰਦੇ ਮਾਰਦੇ ਨੇ, ਸਾਡੀ ਜਿਹੜੀ ਪੰਜਾਬ ਸਰਕਾਰ ਹੈ ਸੁੱਤੀ ਪਈ ਹੈ, ਇਹਦੇ ਵਾਸਤੇ ਅਸੀਂ ਸਖ਼ਤ ਨਿਖੇਧੀ ਕਰਦੇ ਹਾਂ।